ਹਾਂਜੀ ਮਾੜੀਓ ਭੈਣੋ ਤੇ ਮਾੜੀਓ ਭਣੇਈਓ, ਅੱਲਾਹ ਤੁਸਾਂ ਕੀ ਖੁਸ਼ ਰੱਖਿਆ ਤੇ ਅੱਲਾਹ ਤਾਲਾ ਤੁਸਾਂ ਕੀ ਆਬਾਦ ਤੇ ਸ਼ਾਦ ਰੱਖਿਆ। ਮਾਸ਼ਾਅੱਲਾ ਮਾਸ਼ਾਅੱਲਾ, ਅੱਜ ਨਾ ਜਿਹੜਾ ਮਾੜੀ ਵੀਡੀਓ ਨਾਲ ਆਗਾਜ਼ ਹੈ, ਮੈਂ ਆਖਿਆ ਕਾਫੀ ਗੱਪਾਂ ਤਾਂ ਵੈਸੇ ਰੋਜ਼ ਲਾਉਣੀਆਂ, ਤੇ ਮੈਂ ਆਖਿਆ ਅੱਜ ਆਪਣੇ ਭੈਣਾਂ ਭਰਾਵਾਂ ਕੀ ਅੱਜ ਐਸੀ ਕੋਈ ਚੀਜ਼ ਦੱਸਾਂ, ਐਸੀ ਦੱਸਾਂ ਜੇ ਮਾੜੇ ਉੱਪਰ ਰਾਜ਼ੀ ਵੀ ਹੋਈ ਜਾਣ ਤੇ ਖੁਸ਼ ਵੀ ਹੋਈ ਜਾਣ। ਯਕੀਨ ਅੱਜ ਮਿੱਕੀ ਸਿਧਰਾ ਆਖਿਆ, ਅੰਮੀ ਅੱਜ ਮੈਂ ਵੀਡੀਓ ਤੁਸਾਂ ਨੇ ਨਾ ਬਣਾਉਣੀਆਂ, ਬਿਲਕੁਲ ਨਾ ਬਣਾਉਣੀਆਂ, ਅੱਜ ਤੁਸਾਂ ਆਪਣੇ ਫੈਨਾ ਕੀ ਖੁਦ ਬਣਾਈ ਕੇ ਦੱਸੋ ਤੇ ਖੁਦ ਜਿਹੜਾ ਆਪਣਾ ਕੰਮ ਕਰਸੋ ਸਾਰਾ, ਤੇ ਇਸ ਵਜ੍ਹਾ ਤੋਂ ਮੈਂ ਅੱਜ ਵੀਡੀਓ ਨਾ ਬਣਾਉਣੀ ਆ, ਅੱਜ ਤੁਸੀਂ ਬਣਾਓ ਤੇ ਅੱਜ ਤੁਸੀਂ ਆਪਣੇ ਫੈਨਾਂ 'ਚ ਦੱਸੋ, ਚਾਹੇ ਗੰਦੀ ਅੱਛਾ ਚਾਹੇ ਮੈਲੀ ਅੱਛਾ ਚਾਹੇ ਜਿਸ ਤਰ੍ਹਾਂ ਦੀ ਵੀ ਅੱਛੀ ਨਾ, ਤੁਸੀਂ ਆਪਣੇ ਫੈਨਾਂ 'ਚ ਖੁਦ ਬਣਾਈ ਕੇ ਦੱਸਣੀ। ਮੈਂ ਆਖਿਆ ਮੈਂ ਆਪਣੇ ਫੈਨਾਂ 'ਚ ਖੁਦ ਬਣਾਈ ਕੇ ਆਪਣੀ ਵੀਡੀਓ ਦੱਸਣੀ ਆ, ਜੇ ਕੀ ਖੁਦ ਮੈਂ ਆਖਿਆ ਚਲੋ ਨਾਲ ਗੱਪ ਸ਼ੱਪ ਵੀ ਲਾਈ ਕੇ ਨਾ। ਤੁਸੀਂ ਪਤਾ ਕੱਲ ਸ਼ਾਦੀ ਉੱਪਰ ਗਏ ਹਾਂ ਤੇ ਗਰਮੀ ਵੀ ਸਖਤ ਸੀ, ਗਰਮੀ ਨਹੀਂ ਵਜ੍ਹਾ ਤੂੰ ਥੋੜ੍ਹਾ ਜਿਹਾ ਸਿਹਤ ਵੀ ਥੋੜ੍ਹੀ ਜਿਹੀ ਗੜਬੜ ਕਰੀ ਗਈ। ਇਸ ਵਾਸਤੇ ਜ ਅੱਲਾਹ ਤਾਲਾ ਸਾਰਿਆਂ ਕੀ ਆਪਣੀ ਇਸੋ ਮਾਨ 'ਚ ਰੱਖੇ, ਤੇ ਬਹੁਤ ਯਕੀਨ ਕਰੋ ਇਤਨੇ ਲੋਕ ਚੰਗੇ ਨੇ ਨਾ, ਸਰ ਸੁਭਾ ਸ਼ਾਹ ਨੇ ਇਤਨੇ ਪਿਆਰ ਕਰਨ ਵਾਲੇ, ਇਤਨੇ ਮੁਹੱਬਤ ਕਰਨ ਵਾਲੇ, ਯਕੀਨ ਕਰੋ ਤੁਸੀਂ ਸੋਚੀ ਵੀ ਨਹੀਂ ਸਕਣੇ ਹੋ। ਜੈਸੇ ਅਸਾਂ ਗਿਆਂ ਯਕੀਨ ਕਰੋ ਬੱਚੇ ਅੱਗੇ ਖਲਤੇ ਹੋਏ ਸਨ ਇਸਤਕਬਾਲ ਕਰਨ ਵਾਸਤੇ, ਉਹਨਾਂ ਨੇ ਪੂਰੀ ਫੈਮਿਲੀ ਇਸਤਕਬਾਲ ਕਰਨ ਵਾਸਤੇ ਖਲਤੀ ਵੀ ਸੀ। ਉਹਨਾਂ ਚੰਗਾ ਮਾੜਾ ਵੈਲਕਮ ਕੀਤਾ, ਬੂ ਚੰਗੀ ਅਦਬ ਪਿਆਰ ਮੁਹੱਬਤ ਨਾਲ ਮਾੜੇ ਨਾਲ ਵੀਡੀਓ ਬਣਵਾਈ ਨੇ। ਮੈਂ ਯਕੀਨ ਕਰੋ ਇਤਨਾ ਬੂ ਖੁਸ਼ ਹੋਈਆਂ, ਤੇ ਮਾਸ਼ਾਅੱਲਾ ਮਾਸ਼ਾਅੱਲਾ ਜਿਹੜਾ ਉਹਨਾਂ ਨਾਲ ਖਾਣਾ ਸਾ ਉਹ ਤੁਸੀਂ ਸੋਚੀ ਵੀ ਨਹੀਂ ਸਕਣੇ ਹੋ, ਜੇ ਖਾਣਾ ਉਹਨਾਂ ਨਾਲ ਕਿਤਨਾ ਪਿਆਰਾ ਸਾ, ਪਤਾ ਨਹੀਂ ਕੋਈ 7 ਰੰਗਾਂ ਨਾਲ ਉਹਨਾਂ ਖਾਣਾ, ਵਾਈਟ ਤੇ ਪਤਾ ਨਹੀਂ ਕਹਿ ਕਹਿ ਤੇ ਪਤਾ ਨਹੀਂ। ਮਿਕੀ ਤਾਂ ਹੁਣ ਡਿਸ਼ਾਂ ਨਾਲ ਸੱਚੀ ਪੁੱਛੋ ਮਾੜੀ ਆਪਣੇ ਜੋ ਮੈਂ ਸਾਦੀ ਔਰਾ ਤਾਂ ਮਿਕੀ ਡਿਸ਼ਾਂ ਦਾ ਨਾਂ ਵੀ ਨਹੀਂ ਅੱਛਾ, ਪਰ ਬਹੁਤ ਸੋਹਣਾ ਖਾਣਾ ਪੱਕਿਆ ਵਾ ਸਾ, ਤੇ ਅੱਲਾ ਤੁਸਾਂ ਕੀ ਖੁਸ਼ ਰੱਖੇ। ਤੇ ਤੁਸਾਂ ਮਿਕੀ ਜਲਦੀ ਜਲਦੀ ਕਮੈਂਟ ਵੀ ਕਰਨਾ ਤੇ ਮੁਬਾਰਕ ਵੀ ਦੇਣੀ, ਜਾਂ ਅੱਜ ਮੈਂ ਖੁਦ ਵੀਡੀਓ ਬਣਾਉਣੀ ਪਈ ਵੀ ਹਾਂ, ਜਾਂ ਕੋਈ ਗਲਤੀ ਜਾਂ ਕੋਈ ਇਹੋ ਜਿਹਾ ਕੋਈ ਗਲਤ ਹੋਈ ਵੀ ਜਾਣਾ ਤੁਸਾਂ, ਮੈਂ ਨਹੀਂ ਕਰਨਾ। ਜਕੀਆਂ ਮੈਂ ਪਹਿਲੀ ਦਫਾ ਬਣਾਉਣ ਲੱਗੀ ਹਾਂ, ਜਕੀਆਂ ਕਿਸੇ ਟਾਈਮ ਸਿਧਰਾ ਨਹੀਂ ਆਉਣੀ ਘਰ, ਜਾਂ ਸਾਬੁਰ ਨਹੀਂ ਆਉਣੇ ਘਰ, ਤੇ ਸਾਬੁਰ ਤਾਂ ਵੈਸੇ ਵੀ ਅੱਜ ਘਰ ਕੋ ਨਹੀਂ ਆਉਣ ਜੀ। ਹੁਣ ਤੁਸਾਂ ਪਤਾ ਉਹਨਾਂ ਕੀ ਦਾਵਤ ਹੈ, ਉਸਮਾਨ ਆਜ਼ਮ ਨੇ ਘਰ ਉਹਨਾਂ ਨੇ ਦਾਵਤ ਬਣਤੀ ਵੀ ਹੈ, ਜਿਤਨੇ ਵਲੋਗ ਬਣਾਉਣ ਵਾਲੇ ਬੱਚੇ ਨੇ, ਜਿਤਨੇ ਯੂਟਿਊਬਰ ਸਾਰਿਆਂ ਕਿ ਉਹਨਾਂ ਸੱਦਿਆ ਵਾ, ਨਿੱਕੀ ਵੀ ਥਿਆ ਬੁਲਾਇਆ ਵਾ ਸਸ, ਤੇ ਮੈਂ ਆਖਿਆ ਫਿਰ ਚੰਗਾ ਨਹੀਂ ਲੱਗਣਾ, ਬੱਚਿਆਂ ਦੀ ਪਾਰਟੀ ਹੈ ਤੇ ਮੈਂ ਹੁਣ ਇਹੀ ਕੌਰਤ ਵਿੱਚ ਕਿਆ ਕਰਸਾਂ। ਇਸ ਵਜ੍ਹਾ ਤੂੰ ਫਿਰ ਅੱਜ ਮੈਂ ਕੋ ਨਹੀਂ ਗਈਆਂ, ਮੈਂ ਸਿਧਰਾ ਆਖਿਆ ਮੈਂ ਨਾ ਬਣਾਉਣੀਆਂ ਅੱਜ ਵੀਡੀਓ, ਬਸ ਮੈਂ ਅੱਜ ਤੁਸਾਂ ਨਾਲ ਕੱਟੀ ਹੈ ਮਾੜੀ, ਤੁਸਾਂ ਅੱਜ ਖੁਦ ਬਣਾ ਸਕੋ। ਤੇ ਮੈਂ ਆਖਿਆ ਚਲੋ ਮੈਂ ਆਪਣੇ ਭੈਣਾਂ ਕੀ ਦੱਸੀ ਛੋੜਨੀ ਆ, ਤੁਸਾਂ ਫਿਰ ਮਾੜੇ ਨਾਲ ਸ਼ੇਅਰ ਵੀ ਕਰਨਾ, ਮਿੱਕੀ ਕਮੈਂਟ ਵੀ ਲਾਜ਼ਮੀ ਕਰਨਾ ਜੇ ਮੈਂ ਆਪਣੀ ਵੀਡੀਓ ਕੀ ਅਜੇ ਬਣਾਈ ਹੈ। ਆਪਾਂ ਤਾਂ ਹੋਈ ਗਈਆਂ, ਤੇ ਅੱਜ ਮਾਸ਼ਾਅੱਲਾ ਮਾਸ਼ਾਅੱਲਾ ਨਬੀਲ ਜਿਹੜਾ ਅੱਲਾ ਜ਼ਿੰਦਗੀ ਕਰੋ ਸੋ, ਉਸ ਨਾਲ ਅੱਜ ਵਿਹੜਾ ਜਿਹੜਾ ਨਾ ਅੱਧਾ ਤਾਂ ਮੁਕੰਮਲ ਹੋਈ ਗਿਆ, ਥਿਆ ਡਰੀ ਡਰੀ ਬਣਾਇਆ ਸਨ ਜਕੀਆਂ। ਤੁਸਾਂ ਕੀ ਪਤਾ ਮੌਸਮ ਜਿਹੜਾ ਉਹ ਖਰਾਬ ਹੈ, ਇਸ ਵਜ੍ਹਾ ਤੋਂ ਡਰੀ ਡਰੀ ਕੇ ਬਣਾਇਆ ਨੇ, ਐ ਤੱਕੀ ਸਕਣੇ ਹੋ। ਮਾਸ਼ਾਅੱਲਾ ਮਾਸ਼ਾਅੱਲਾ ਸੋਹਣਾ ਵਿਹੜਾ ਤਿਆਰ ਹੋਈ ਗਿਆ, ਤੇ ਸ਼ੁਕਰ ਹੈ ਇਹ ਅੱਜ ਅੱਲਾ ਸੋਹਣਾ ਮੌਕਾ ਦੇਵੇ ਤੇ ਉਹਨਾਂ ਨੇ ਵਿਹੜੇ ਕੀ ਨਜ਼ਰ ਨਾ ਲਗੇ ਤੇ ਬਾਰਿਸ਼ ਨਾ ਹੋਵੇ, ਤੇ ਬਹੁਤ ਸੋਹਣਾ ਹੋਈ ਜਾਸੀ, ਸਭ ਕੁਝ ਸੋਹਣਾ ਬਣੀ ਜਾਸੀ, ਤੇ ਪੱਕਾ ਵੀ ਨਾਲ ਹੋਈ ਜਾਸੀ। ਜਾਂ ਅੱਜ ਨਹੀਂ ਕਦੇ 12 ਵਜੇ ਤੀਕਰ ਵੀ ਬਾਰਿਸ਼ ਨਾ ਹੋਈ ਨਾ, ਫਿਰ ਵੀ ਥੋੜ੍ਹਾ ਜਿਹਾ ਪੱਕਾ ਹੋਈ ਜਾਸੀ। ਤੇ ਅੱਲਾ ਤੁਸਾਂ ਕੀ ਖੁਸ਼ ਰੱਖੇ, ਅੱਲਾ ਤਾਲਾ ਤੁਸਾਂ ਕੀ ਆਬਾਦ ਤੇ ਸ਼ਾਦ ਰੱਖੇ। ਤੇ ਤੁਸਾਂ ਪਤਾ ਫਿਰ ਘਰਾਂ ਵਿੱਚ ਜਿਸ ਟਾਈਮ ਮਿਸਤਰੀ ਲੱਗਣੇ ਨੇ, ਗੰਧ ਤਾਂ ਤੁਸਾਂ ਕੀ ਪਤਾ ਨਾ, ਐਂ ਤਾਂ ਕੀ ਸਕਣੇ ਹੋ, ਗੰਧ ਲੱਕੜਾਂ ਹਰ ਚੀਜ਼। ਤੇ ਜਿਸ ਟਾਈਮ ਪੂਰਾ ਮੁਕੰਮਲ ਹੋਈ ਜਾਸੀ ਨਾ, ਫਿਰ ਮੈਂ ਆਪਣੀਆਂ ਪੜ੍ਹਾਈਆਂ ਕਿ ਉਸ ਟਾਈਮ ਆਪਣਾ ਘਰ ਦੱਸਾਂ ਜੇ ਸਾਡਾ ਘਰ ਕਿਸ ਤਰ੍ਹਾਂ ਬਣਿਆ ਤੇ ਕਿਸ ਤਰ੍ਹਾਂ ਹੋਇਆ। ਅੰਮੀ ਜੀ ਬੜੀ ਵਲੋਗਿੰਗ ਕਰ ਰਹੇ ਕਰਨੇ ਆ ਨਾ, ਹੁਣ ਤਾਂ ਮੈਂ ਜੁਲੀਆਂ
ਇਹ ਬਾਹਰ ਇਹ ਕਿਸੇ ਨਾ ਕੱਪੜੇ ਧੋਤੇ ਸਨ ਸੁਬਹਾ ਸੁਬਹਾ ਉੱਠੀ ਕੇ ਸਵੇਰੇ ਸਵੇਰੇ ਉੱਠੀ ਸਾਨੂੰ ਨਮਾਜ਼ ਪੜ੍ਹਨ ਵਾਸਤੇ ਅਤੇ ਨਮਾਜ਼ ਕੀ ਥੋੜ੍ਹਾ ਜਿਹਾ ਟਾਈਮ ਸਾ ਅਤੇ ਮੈਂ ਆਖਿਆ ਚਲੋ ਜਲਦੀ ਜਲਦੀ ਮਸ਼ੀਨ ਨਾ ਲਾਉਣੀ ਆ ਹੱਥਾਂ ਪਰ ਧੋਈ ਨਾ ਮੱਲੀ ਨਾ ਹੱਥਾਂ ਪਰ ਤਾਂ ਧੋਤੇ ਸਨ ਜਾਂ ਅੱਬੂ ਧਾੜੇ ਨੇ ਕੱਪੜੇ ਜਿਹੜੇ ਸਨ ਉਹਨਾਂ ਪਰ ਪਤਮਾ ਪਰ ਜਾਣੇ ਰਹੇ ਬਹੁ ਯਕੀਨ ਕਰੋ ਕੋਈ ਸਾਲਣੇ ਨਾ ਕੋਈ ਦੇਗਾ ਨਾ ਕੋਈ ਦੇਣੇ ਕਿੰਨੇ ਰਹੇ ਅਤੇ ਦਾਗ ਪੇਵੇ ਸਨ ਅਤੇ ਮੈਂ ਆਖਿਆ ਮਸ਼ੀਨਾਂ ਨਾਲ ਚਿੱਟੇ ਹੋਈ ਜਾਂ ਸਨ ਦਾਗ ਨਹੀਂ ਲੈਣ ਲੱਗੇ ਉਹ ਫਿਰ ਸਵੇਰੇ ਰਗੜੀ ਰਗੜੀ ਹੱਥਾਂ ਨਾਲ ਕਸਮੀ ਧੋਤੇ ਤਾਂ ਹੁਣ ਉਹ ਜੁੱਲੀਆਂ ਲਾਉਣੇ ਅਤੇ ਜੇ ਬਾਰਿਸ਼ ਅੱਛਣੀ ਪਈ ਵੀ ਹੈ ਜੇ ਉਹ ਨਾ ਹੋਵੇ ਜੇ ਫਿਰ ਮਾੜੇ ਮਿਹਨਤ ਜ਼ਾਇਆ ਹੋਈ ਜਾਏ ਬਾਰਿਸ਼ ਹੋਈ ਤਾਂ ਖਰਾਬ ਹੋ ਜਾਸੀ ਬੜੀ ਖੁਸ਼ ਹੋਣਾ ਐ ਤੱਕੀ ਸਕਦੇ ਹੋ ਨਾ ਕੱਲ ਨਾ ਮੌਸਮ ਕੀ ਹੋ ਜਾ ਸਾ ਸਾਰੀ ਦੁਨੀਆ ਹਾਏ ਗਰਮੀ ਤੇ ਹੁਣ ਤੱਕੀ ਸਕਦੇ ਹੋ ਅੱਲਾ ਨੇ ਕੰਮ ਮਿਲਣਾ ਅੱਲਾ ਜਿਸ ਜਗ੍ਹਾ ਪਰ ਰਾਜ਼ੀ ਹੋਣਾ ਚਾਹੀਏ ਨਾ ਇਸੇ ਮਾਰੇ ਆਪਣੀਆਂ ਉਸ ਜਗ੍ਹਾ ਪਰ ਰਾਜ਼ੀ ਹੋਣਾ ਚਾਹੀਦਾ ਅਤੇ ਯਕੀਨ ਕਰੋ ਮਾੜੀ ਕੱਲ੍ਹ ਹੀ ਇੱਕ ਭਣੇਈ ਨਵੀਂ ਆਏ ਫਿਰ ਨਵੇਂ ਨਹੀਂ ਹਨ ਮਾੜੇ ਵਾਸਤੇ ਨਵੇਂ ਹੋਈ ਜਾਣੇ ਯਕੀਨ ਮਿਕੀ ਜਿਸ ਟਾਈਮ ਕੋਮੈਂਟ ਕਰਨੇ ਜਿਸ ਟਾਈਮ ਮਾੜੇ ਨਾਲ ਕਾਲ ਕਰਨੇ ਅਤੇ ਅੱਲਾ ਤਾਲਾ ਉਸਨੇ ਬੱਚਿਆਂ ਕੀ ਸੁਚਾਣੀ ਉਹਨਾਂ ਨੇ ਆਪਣਾ ਘਰ ਹੈ ਪਾਕਿਸਤਾਨ 'ਚ ਅਤੇ ਕੋਈ ਇਹ ਮਾੜੀ ਸੁਚਾਣੀ ਹੈ ਮਾੜੇ ਕੋਲ ਅਤੇ ਵੈਸੇ ਰਹਿਣੇ ਉਹ ਇੰਗਲੈਂਡ 'ਚ ਅੱਲਾ ਤਾਲਾ ਉਸਨੇ ਬੱਚਿਆਂ ਕੀ ਸਿਹਤ ਵਾਲੀ ਜ਼ਿੰਦਗੀ ਦੇਵੇ ਆਖਣੀ ਸੀ ਖਾਲਾ ਮਾੜੇ ਵਾਸਤੇ ਦੁਆ ਢੇਰ ਸਾਰੀ ਮੰਗਿਆ ਜੇ ਮਾੜੇ ਬੱਚਿਆਂ ਵਾਸਤੇ ਦੁਆ ਕਰਿਆ ਜੇ ਅੱਲਾ ਤਾਲਾ ਉਸਨੇ ਬੱਚਿਆਂ ਕੀ ਆਪਣੀ ਹਿੱਸੋ ਮਾਨ 'ਚ ਰੱਖਿਆ ਅੱਲਾ ਤਾਲਾ ਉਸਨੇ ਬੱਚਿਆਂ ਕੀ ਸਿਹਤ ਵਾਲੀ ਜ਼ਿੰਦਗੀ ਦੇਵੇ ਅਤੇ ਅੱਲਾ ਸੋਹਣਾ ਉਸ ਮਾੜੀ ਭਣੇਈ ਕਿ ਆਪਣੇ ਬੱਚਿਆਂ ਦੀ ਖਿਦਮਤ ਕਰਨੇ ਨਹੀਂ ਤੋਫੀਕ ਦੇਵੇ ਉਹ ਬਹਾਦਰ ਮਾਂ ਹੈ ਜਿਸ ਨੇ ਦੋ ਬੱਚੇ ਮਜ਼ਦੂਰ ਹਨ ਅਤੇ ਯਕੀਨ ਕਰੋ ਫਿਰ ਵੀ ਉਹ ਬਹਾਦਰੀ ਨਾਲ ਐਡੇ ਬੜੇ ਦਿਲਾਂ ਨਾਲ ਆਪਣੇ ਬੱਚਿਆਂ ਨੇ ਖੁਦ ਕਰਨੀ ਲੋਕ ਆਫਟਰ ਕਰਨੀ ਅਤੇ ਉਹਨਾਂ ਨੇ ਖਿਦਮਤ ਕਰਨੀ ਉਹਨਾਂ ਕੀ ਟਾਈਮ 'ਤੇ ਖਾਣਾ ਦੇਣੀ ਜਿਹੜੀ ਮਾਂ 20-22 ਸਾਲ ਆਪਣੀ ਮਾਊ ਕੋਲ ਨਾ ਆਈ ਵੀ ਹੋਵੇ ਉਸ ਮਾਂ ਉਸ ਧੀ ਨੇ ਕਹਿ ਦਿਲਾਂ ਪਰ ਗੁਜ਼ਰਨੀ ਅਤੇ ਫਿਰ ਰਾਤੀ ਮੈਂ ਉਸ ਕੀ ਤਸੱਲੀ ਦਿੱਤੀ ਮੈਂ ਹੈ ਮਾੜੀ ਧੀਏ ਕੋਈ ਗੱਲ ਨਹੀਂ ਐਸੀ ਇਹੋ ਜੀ ਯਕੀਆਂ ਫੋਨ ਅੱਜ ਕੱਲ੍ਹ ਗੌਰਮੈਂਟ ਕਿਸ ਵਾਸਤੇ ਅਸਾਂ ਵਾਸਤੇ ਬਣਾਏ ਹੋਏ ਨੇ ਸਹੂਲਤਾਂ ਵਾਸਤੇ ਯਕੀਆਂ ਸਹੂਲਤ ਇਤਨੀ ਹੋਈ ਗਈ ਚਲੋ ਦੂਰ ਬੈਠੀਆਂ ਵਾਂ ਵੀਡੀਓ ਕਾਲ ਕਰਨੇ ਆ ਵੀਡੀਓ ਕਾਲ 'ਚ ਸਭ ਕੁਝ ਜਿਹੜਾ ਨਾ ਉਹ ਮਾਵਾਂ ਧੀਆਂ ਇਸ ਤਰ੍ਹਾਂ ਮਹਿਸੂਸ ਹੋਣਾ ਜਿਵੇਂ ਆਪਣੇ ਕੋਲੋ ਕੋਲ ਬੈਠੀਆਂ ਵਾਂ ਅਤੇ ਮਾਵਾਂ ਧੀਆਂ ਦੁੱਖ ਸੁੱਖ ਵੰਡੀ ਕਿੰਨੀਆਂ ਨੇ ਅੱਲਾ ਉਸ ਮਾੜੀ ਧੀ ਕਿ ਮੈਂ ਫਿਰ ਦੁਆ ਮੰਗਸਾਂ ਆਪਣੀ ਧੀ ਵਾਸਤੇ ਸਪੈਸ਼ਲ ਅੱਲਾ ਤਾਲਾ ਮਾੜੀ ਧੀ ਕੀ ਕੁਵਤ ਦੇਵੇ ਤਾਕਤ ਦੇਵੇ ਹਿੰਮਤ ਦੇਵੇ ਆਪਣੇ ਬੱਚਿਆਂ ਦੀ ਖਿਦਮਤ ਕਰਨ ਵਾਸਤੇ ਅੱਲਾ ਤਾਲਾ ਉਸ ਕੀ ਸਿਹਤ ਵਾਲੀ ਜ਼ਿੰਦਗੀ ਦੇਵੇ ਅੱਲਾ ਤਾਲਾ ਸਾਰੇ ਜਿਤਨੇ ਮਾੜੇ ਭੈਣਾਂ ਭਰਾ ਨੇ ਕੋਈ ਦੁਖੀ ਹਨ ਕੋਈ ਪਰੇਸ਼ਾਨ ਹਨ ਜਿਹੜੀਆਂ ਮਾੜੀਆਂ ਭੈਣਾਂ ਫਿਰ ਵੀ ਕਾਫੀ ਅਰਸੇ 'ਤੇ ਪਾਕਿਸਤਾਨ ਕੋਲ ਨਹੀਂ ਆਈਆਂ ਅੱਲਾ ਤਾਲਾ ਉਹਨਾਂ ਕੀ ਵੀ ਆਪਣੀ ਹਿੱਸੋ ਮਾਂ ਨੇ 'ਚ ਰੱਖਿਆ ਆਪਣੇ ਮੁਲਕ ਪਰ ਅੱਛਣੇ ਨਹੀਂ ਤੋਫੀਕ ਦੇਵੇ ਹੁਣ ਜੁਲਨੇ ਆ ਬਾਰਿਸ਼ ਅੱਛਣੀ ਪਈ ਹੋਈ ਹੈ ਜੋ ਹੋਰ ਨਾ ਹੋਵੇ ਗੱਪਾਂ ਲਾਉਣੀ ਰਵਾਂ ਕੱਪੜੇ ਸਾਹ ਬੁਰਰ ਨੇ ਸਿੱਝੀ ਜਾਣ ਫਿਰ ਮਿੱਕੀ ਦੋਹਰਾ ਵਖਤ ਪਵੇ ਅਤੇ ਜੁਲਾਂ ਬਾਹਰ ਤੁਸਾਂ ਕੀ ਮੌਸਮ ਨੂੰ ਵੀ ਦੱਸਣੇ ਆ ਅਤੇ ਨਾਲ ਕੱਪੜੇ ਵੀ ਲਾਈ ਅੱਛਾ ਅਤੇ ਨਾਲ ਜਿਹੜੀ ਕੋਈ ਉੜੀ ਥੋੜ੍ਹੀ ਗੱਲ ਹੋ ਸੀ ਨਾ ਜਿਹੜੀ ਮਿੱਕੀ ਭੁੱਲੀ ਵੀ ਅਸੀਂ ਉਹ ਵੀ ਆਪਣੀਆਂ ਭਣਈਆਂ ਨਾਲ ਸ਼ੇਅਰ ਕਰੀ ਕਿੰਸਾਂ ਯਕੀਆਂ ਗੱਲਾਂ ਸ਼ੇਅਰ ਕਰਨੇ ਨਾਲ ਖਾਣਿਆਂ ਨਾਲ ਕੋਈ ਨਹੀਂ ਮਾੜੀ ਧੀ ਖਾਣਾ ਇਨਸਾਨ ਬਣਾਉਣਾ ਕਰਨਾ ਸਭ ਕੁਝ ਕਰਨਾ ਉਸ ਟਾਈਮ ਇਹ ਹੁਣ ਅਸਾਂ ਨਾ ਚੋਕਣਾ ਫਰੈਸ਼ ਕੱਚਾ ਸਾ ਵੀ ਲੱਗੀ ਜਿਸਲੇ ਸਕੂਟਰ ਆਣੇ ਸਨ ਨਾ ਸਾਰਾ ਗੁੱਦੜ ਅੰਦਰ ਕਿ ਨਹੀਂ ਜਾਣੇ ਸਨ ਇਹ ਵੀ ਹੁਣ ਪੱਟੀ ਕੇ ਰੱਖਿਆ ਵਾ ਇਨਸ਼ਾਲਾ ਹੁਣ ਕੱਲ੍ਹ ਮਿਸਤਰੀ ਆਖਣਾ ਸਾ ਇਸ ਨਾਲ ਮੈਂ ਇੰਨਾ ਕਰਸਾਂ ਜਗ੍ਹਾ ਨਾ ਜਾਂ ਉੱਚੀ ਜਗ੍ਹਾ ਨੀਵੀਂ ਅਤੇ ਜਾਂ ਇੱਧਰੋਂ ਟਾਲ ਹੋਈ ਨਾ ਤਾਂ ਫਿਰ ਇੱਧਰ ਪਾਣੀ ਸੋਹਾ ਲਗਾ ਜਾਸੀ ਅਤੇ ਫਿਰ ਜਿਸ ਟਾਈਮ ਇਹ ਵੀ ਪੱਕੀ ਹੋਈ ਜਾਸੀ ਅਤੇ ਮਾਸ਼ਾਅੱਲਾ ਮਾਸ਼ਾਅੱਲਾ ਜੀਣੇ ਰਵਣ ਵਾਲੇ ਬੱਚੇ ਅੱਲਾ ਉਹਨਾਂ ਕੀ ਜ਼ਿੰਦਗੀ ਕਰੇ ਉਹਨਾਂ ਕੀ
ਉਹਨਾਂ ਦੀ ਰੋਜ਼ੀ ਵਿੱਚ ਬਰਕਤ ਬਾਤ ਹੈ ਇਨਸ਼ਾਅੱਲਾ। ਫਿਰ ਕਰਸਾਂ ਇਹ ਸਾਫ਼ ਸੁਥਰਾ ਵਿਹੜਾ ਹੋ ਜਾਸੀ, ਫਿਰ ਬਾਅਦ ਵਿੱਚ ਫਿਰ ਜਿਸਲੇ ਮੌਸਮ ਠੀਕ ਹੋਈ ਗਿਆ ਫਿਰ ਕੰਧਾਂ ਦੇ ਕਲਰ ਸ਼ਲਰ ਅਤੇ ਅੱਗੇ ਉਹ ਵੀ ਕਰਾਸਾਂ ਅਤੇ ਹੁਣ ਜਦੋਂ ਕੱਪੜੇ ਲਾਈ ਅੱਛਾ ਅਤੇ ਫਿਰ ਜਿਹੜੀ ਹੋਰ ਕੋਈ ਗੱਪ ਸੀ ਉਹ ਵੀ ਫਿਰ ਅਸੀਂ ਆਪਣੀਆਂ ਨਾਲ। ਹਾਂਜੀ ਮਾੜੀਓ ਭੈਣੋ, ਮੈਂ ਆਖਿਆ ਅੱਜ ਕਾਫ਼ੀ ਦਿਹਾੜੇ ਹੋਈ ਗਏ ਨੇ, ਯਕੀਨ ਕਰੋ ਜਿਸ ਦਿਹਾੜੇ ਨੇ ਮਾਤਮ ਹੋਈ ਕੋਈ ਘਰ ਅਸਾਂ ਖਾਣਾ ਨਹੀਂ ਪਕਾਇਆ, ਦੌੜੋ ਦੌੜ ਪਹਿਲੇ ਮਾਤਮਾਂ 'ਚ ਫਿਰ ਸ਼ਾਦੀਆਂ ਉੱਪਰ, ਫਿਰ ਤੁਸਾਂ ਕੀ ਪਤਾ ਸ਼ਾਦੀਆਂ ਨਹੀਂ ਸ਼ੋਪਿੰਗ ਜਿਹੜੀ ਹੈ ਉਹ ਕਰਨੇ ਰਹੇ ਹਾਂ। ਸੱਚੀ ਪੁੱਛਿਆ ਤਾਂ ਹੁਣ ਆਖੀ ਨਾ ਕੋਈ ਘਰ ਸਾਲਣ ਬਣਾ, ਕੋਈ ਲੱਸੀ ਵਾਲਾ ਸਾਗ ਹੋਵੇ, ਕੋਈ ਕੜੀ ਹੋਵੇ, ਕੋਈ ਚਟਪਟੀ ਚੀਜ਼ ਹੋਵੇ, ਤਾਂ ਇੱਕ ਅੱਲਾ ਜ਼ਿੰਦਗੀ ਕਰੇ ਮਾੜਿਆਂ ਬੱਚਿਆਂ ਨੇ, ਅੱਲਾ ਤਾਲਾ ਮਿਕੀ ਵੀ ਹਿੰਮਤ ਦੇਵੇ। ਸੱਚੀ ਪੁੱਛੋ ਫਿਰ ਲੱਕੜਾਂ ਵੀ ਕੋਈ ਨਹੀਂ ਰੱਖੀਆਂ, ਜੱਕੀਆਂ ਲੱਕੜਾਂ ਤੁਸਾਂ ਕੀ ਪਤਾ ਇਹ ਤਾਂ ਕੋਈ ਬਿੱਲੀਆਂ ਵਾਂ ਅਤੇ ਸਿੱਝੀਆਂ ਵਾਂ, ਅਤੇ ਮੈਂ ਆਖਿਆ ਚਲੋ ਹਾਂਡੀ ਤਾਂ ਅੱਜ ਵੀ ਨਹੀਂ ਬਣਨੀ ਜੱਕੀਆਂ, ਅੱਜ ਉਸਮਾਨ ਆਜ਼ਮ ਨੇ ਘਰ ਦਾ ਵਾ ਅਤੇ ਨਾ ਅੱਜ ਤਾਂ ਉੱਧਰ ਖਾਣਾ ਛਾਣਾ ਹੋ ਸੀ, ਅਤੇ ਅੱਜ ਮੈਂ ਆਖਿਆ ਚਲੋ ਲੱਕੜਾਂ ਹੁਣ ਬੱਦਲ ਬਣਿਆ ਵਾ ਲੱਕੜਾਂ ਰੱਖੀ ਛੋੜਾਂ, ਅਤੇ ਜੀਣੀ ਉੱਠੀਆਂ ਨਾ ਅਤੇ ਕੀਆਂ ਮਾੜੀਆਂ ਭੈਣਾਂ ਮਾੜੀਓ ਭਣੇ ਜਿਹੜੀ ਰਾਤੀ ਮਿੱਕੀ ਕਾਲ ਕੀਤੀ ਇਸ ਨਾਲ ਅੱਲਾ ਜ਼ਿੰਦਗੀ ਕਰੇ ਉਹ ਆਣੀ ਸੀ ਖਾਲਾ, ਤੁਸਾਂ ਜਿਸ ਟਾਈਮ ਅੱਗ ਬਾਲਣੇ ਹੋ ਨਾ, ਚੁੱਲ੍ਹੇ ਕੋਲ ਬਹਿਣੇ ਹੋ ਨਾ, ਅਤੇ ਕੰਡੇ ਰੱਖਣੇ ਹੋ, ਚੀਜ਼ਾਂ ਬਣਾਉਣੇ ਹੋ, ਆਖੀ ਨਾ ਮਾੜੀ ਅੰਮੀ ਜਿਹੜੀ ਹੈ ਨਾ ਖੁਦ ਪੁੱਦ ਮਾੜੀ ਅੰਮੀ ਵਾਂਗ ਤੁਸਾਂ ਲੱਗਣੇ ਹੋ, ਅੰਮੀ ਜੈਸੇ ਲੱਗਣੇ ਹੋ। ਮੈਂ ਆਖਣੀ ਹਾਂ ਧੱਕੋ ਮਾੜੀ ਅੰਮੀ ਵੀ ਇਸੇ ਤਰ੍ਹਾਂ ਕੰਮ ਕਰਨੇ, ਅੰਮੀ ਮਾੜੀ ਚੁੱਲ੍ਹਾ ਇਸਤੇਮਾਲ ਕਰਨੇ, ਇਸ ਵਜ੍ਹਾ ਤੋਂ ਮੈਂ ਫਿਰ ਆਖਿਆ ਮੈਂ ਚਲੋ ਥੋੜ੍ਹੀਆਂ ਜਿਹੀਆਂ ਲੱਕੜਾਂ ਜਿਹੜੀਆਂ ਨੇ ਨਾ ਰੱਖੀ ਕਿਣਾ, ਜਾਂ ਅੱਲਾ ਖੈਰ ਕੀਤਾ ਜੇ ਸੁਬਾਹ ਹੋਈ ਨਾ ਖੈਰ, ਜਾਂ ਬਾਰਿਸ਼ ਨਾ ਹੋਈ ਤਾਂ ਫਿਰ ਕੋਈ ਆਪਣਾ ਘਰ ਸਾਲਣ ਬਣਾਸਾਂ, ਅੱਗ ਚੁੱਲ੍ਹੇ ਵਿੱਚ ਬਾਲਸਾਂ, ਸਭ ਕੁਝ ਤਿਆਰ ਕਰਸਾਂ, ਕੋਈ ਲੱਸੀ ਵਾਲਾ ਸਾਗ ਬਣਾਸਾਂ, ਕੋਈ ਜਿਹੜੀ ਚੀਜ਼ ਚੰਗੀ ਲੱਗੀ ਉਹ ਤਾਂ ਗਲਤੀ ਕਦੇ ਨਾ ਕਰਿਆ ਜੇ ਉਹ ਅੱਗੇ ਆਖਣੇ ਸਨ ਤੂੰ ਸਾਨੂੰ ਚੜੋਹਰ ਨਿਕਿਆ ਕਿ ਚੜੋਹਰ, ਤੇ ਮੈਂ ਆਖਿਆ ਤੋਬਾ ਮੈਂ ਤਾਂ ਇਹ ਦੁੱਖ ਝੱਲੀ ਕਿੱਦਾਂ, ਆਪਣੇ ਧੀਆਂ ਪੁੱਤਰਾਂ ਕੀ ਮਹਿਸੂਸ ਨਹੀਂ ਹੋਣ ਦਿੱਤਾ, ਤੇ ਮੈਂ ਤਾਂ ਜੀਣਿਆ ਜੀ ਮਰੀ ਜਾਣ ਦੇ ਮਾੜੇ ਬੱਚਿਆਂ ਕੀ ਕਦੇ ਕੋਈ ਕੰਡਾ ਵੀ ਲੱਗੀ ਜਾਏ ਪਿੱਛੇ ਹਟ। ਅੰਮੀ ਉਹ ਤੁਸੀਂ ਲੱਪੜਾ ਹੋ ਮੈਂ ਉੱਪਰ ਚੜ੍ਹ ਜਾਸਾਂ। ਨਾ 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 ਕੋਈ ਚੋਸਨ ਤਾਂ ਚੋਣ ਦੱਸੋ ਫਿਰ ਅੰਦਰ ਧੋਈ ਕਿ ਅੰਦਰ ਧੋਣਾ ਨਾ ਕਹਿ। ਅੰਮੀ ਇਤਰਾ ਖਾ ਮਾਂਜੀ ਕਿ ਮਾਂਜੀ ਕੁਝ ਕੋ ਨਹੀਂ ਕੁਝ ਹੋਣਾ ਮਾਂਜੀ ਮਾਂਜੀ ਕਹਿ। ਮੈਂ ਆਪਣੀ ਕਾਮਨਾ ਕਰ ਲਈ ਨੇ, ਮੈਂ ਹੁਣ ਜਿਹੜਾ ਨਾ ਕਰਸਾਂ ਨਾ ਇਹ ਹੁਣ ਅੰਦਰ ਖਰਾਬ ਹੋਇਆ ਨਾ, ਮੈਂ ਆਪਣੀ ਧੀ ਕੀ ਸਪੈਸ਼ਲ ਬੰਦਾ ਲਾਈ ਕੇ ਦੱਸਾਂ ਹੁਣ ਤੁਹਾਡੇ ਕੋਲ ਕੰਮ ਨਾ ਕਰਾਂ, ਤੁਹਾਡੇ ਮਾੜਾ ਬਹੁਤ ਵਾਧਾ ਹੋਈ ਗਿਆ ਪੱਕਾ ਠੀਕ ਆ। ਅੱਪਰ ਨੂੰ ਚੜ੍ਹਨ ਦੇਣੀ ਆ ਵੈਸੇ ਅੰਮੀ ਜੀ, ਇਹ ਥੂਮ ਇੱਥੇ ਰੱਖਣਾ। ਹਾਂ ਹਾਂ ਅੱਬੂ ਤੁਹਾਡਾ ਇਸ ਤਰ੍ਹਾਂ ਥੂਮ ਰੱਖਣਾ, ਤੋਬਾ ਅੱਬੂ ਤਾਂ ਇਸ ਤਰ੍ਹਾਂ ਰੱਖਣਾ ਨਾ ਥੂਮ ਕੀ ਕੱਟੀ ਕੁੱਟੀ ਟੁਕਰਿਆਂ ਚ ਬਾਈ, ਤੇ ਇਹਾਂ ਕਿਸੇ ਨਾ ਜਾ ਜਿੱਥੇ ਲੋਹ ਵੀ ਨਾ ਲਗਾ ਥੂਮ ਕੀ, ਧੁੱਪ ਵੀ ਨਾ ਲਗਾ ਤੇ ਪ੍ਰਵਾਸ ਵੀ ਨਾ ਲਗਾ ਤੇ ਹਵਾ ਜਿਹੜੀ ਹੈ ਨਾ ਉਹ ਲੱਗਣੀ ਰਵੇ। ਇਹ ਗੁਲਦਸਤੇ ਬੁਰਾ ਰੱਖਿਆ ਵਾ ਇਹ ਤੱਕ, ਹਾਏ 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 ਇਹ ਕਾ ਕੀਤਾ ਨੇ ਪੱਗ ਉਹਲਾ ਜੀ, ਓਏ 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 ਇਹ ਤੱਕ ਐਡੀ ਮਿਹਨਤ ਹੋਈ ਵੀ ਸਾਰੀ ਜ਼ਾਇਆ ਕਰੀ ਛੋੜੀ ਨੇ ਇਹ ਤੱਕੇ ਨਾ, ਹਾਏ ਹਾਏ ਇਹ ਤੱਕ ਇਹ ਹੁਣ ਜ਼ਹਿਰ ਪੂਰੀ ਦਿਹਾੜ ਬੰਦ ਰਹਿਣਾ, ਹਵਾ ਵੀ ਕੁਦਰੇ ਨਹੀਂ ਲੱਗਣੀ, ਇਹ ਤਾਂ ਸਾਰਾ ਜਿਹੜਾ ਨਾ ਗੱਲਾਂ ਐਡੀ ਮਿਹਨਤ ਹੋਈ ਵੀ ਤੇ ਜ਼ਾਇਆ ਕੱਸਣੀ ਕਿਆ ਕਰੀ ਗੋਡੀ ਕਰੀ 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 ਪੂਰਾ ਸਾਲ ਅੱਬੂ ਵਿਚਾਰੇ ਇੰਨਾ ਇਹ ਤੱਕ ਆਪੇ ਕੀ ਵੀ ਕੋਈ ਕਸਮੇ ਇੰਨਾ ਕੀ ਜ਼ਰਾ ਕੀ ਜੇ ਤੱਕੇ ਜ਼ਿਆਦਾ ਵੀ ਤੱਕੇ ਹਰ ਨਾ ਅੱਛਣੀ ਰੋਜ਼ ਚਾਣੇ ਦੇ ਤੱਕਣੀ ਹੀ ਕੋਈ ਨਹੀਂ ਜੇ ਮਾੜਾ ਥੂਮ ਖਰਾਬ ਹੋਣਾ ਪਿਆ ਵਾ ਇਹ ਤੱਕੇ ਨਾ, ਐਡੇ ਸੋਹਣੇ ਮੋਟੇ ਮੋਟੇ ਬੂਟੇ ਤੇ ਜ਼ਾਇਆ ਨਾ ਕਰੋ ਨਾ ਇਸ ਤਰ੍ਹਾਂ ਨਾ ਕੀ ਹੈ ਨਾ ਤੱਕਣੀ ਪਈ ਵੀ ਆ ਨਾ
ਪੁਰ ਰਹੇ ਨੇ ਸਾਰਾ ਨਾ ਤੱਕਣੀ ਹੋਈ ਵੀ ਆ ਜੇ ਉਹ ਪੁਰਨਾ ਤਾਂ ਆਪੂ ਪਿਆ ਵਾ ਮੈਂ ਤਾਂ ਨਾ ਪੁਰ ਨਹੀਂ ਪੀਂਦੀ ਅੱਛਾ ਮੈਂ ਤੱਕਣੀ ਪੀਂਦੀ ਮੈਂ ਪੁਰ ਕੀ ਆ ਮੈਂ ਅੱਲਾ ਮਾਫੀ ਦੇ ਵੀ ਇਹ ਮਾਰਿਆ ਬੱਚਿਆਂ ਨੂੰ ਪਤਾ ਹੀ ਨਬੀਲ ਅਦੀਲ ਮਾੜੇ ਜਿਗਰ ਨੇ ਟੁਕੜੇ ਨੇ ਮੈਂ ਉਹਨਾਂ ਨੇ ਚੀਜ਼ ਦਾਇਆ ਉਹਨਾਂ ਨੇ ਕਦੇ ਜ਼ਰਾ ਕੁ ਚੀਜ਼ ਕੋਈ ਐਵੇਂ ਦਾਇਆ ਹੋਵੇ ਤਾਂ ਮਾੜੇ ਦਿਲਾਂ ਕੀ ਭੁਜਾਉਣਾ ਵਾ ਇਹ ਹੁਣ ਇੱਕ ਤੱਕ ਇੱਥੋਂ ਇਸ ਨਹੀਂ ਤਾਂ ਹਵਾ ਅੱਡੀ ਲੱਗਣੀ ਕੋਈ ਨਹੀਂ ਇਹ ਫਿਰ ਨਾਲੇ ਥੱਲੇ ਜਗ੍ਹਾ ਖਰਾਬ ਹੈ ਨਾ ਨੀਚੇ ਸੁਬੀ ਲੈਣਾ ਨੀਚੇ ਬਿੱਲਣਾ ਪਿਆ ਵਾ ਤਾਂ ਕਹਿਣਾ ਸਿੱਜਾ ਵਾ ਕਰ ਚਲੋ ਹੁਣ ਆਖਣੀ ਆ ਨਾ ਖਾਲੀ ਅਸਾਂ ਤੱਕੀ ਦੋਆਂ ਕੇ ਤਾਂ ਸਮਝਾਉਣੀ ਰਹਿਣੀ ਆ ਅਤੇ ਆਪੂ ਆਪਣਾ ਵੀ ਨਹੀਂ ਦਿਮਾਗ ਕਰਨਾ ਇਹ ਤੱਕ ਨਾ ਇਹ ਪਾਣੀ ਭਰਨ ਵਾਲੀ ਨਵੀਂ ਬਾਲਟੀ ਸੀ ਤਾਂ ਆਪੂ ਘਰ ਉਸ ਦੇ ਵਿੱਚ ਹੀ ਆਉਂਦੀ ਪਾਣੀ ਭਰਨੇ ਵਾਸਤੇ ਅਤੇ ਇਹ ਤੱਕ ਭੋਹ ਨਾਲ ਭਰੀ ਕੇ ਰੱਖੀ ਵੀ ਸੀ ਅਤੇ ਇਹ ਵੀ ਹੁਣ ਵਿੱਚੋਂ ਤਰੱਕੀ ਤਾਂ ਗੱਲੀ ਵੀ ਅਸੀਂ ਹੁਣ ਇਸ ਕੀ ਵੀ ਹੁਣ ਅੱਜ ਤਾਂ ਟਾਈਮ ਕੋ ਨਹੀਂ ਕੱਲ੍ਹ ਅੱਲਾ ਖੈਰ ਕਰੇ ਤਾਂ ਫਿਰ ਤੁਸੀਂ ਕੀ ਕਰ ਸਕੋ ਵਿਹਲਾ ਕਰੀ ਨਾ ਮਨ ਜੀ ਕੇ ਰੱਖ ਸਾਂ ਇਹ ਤਾਂ ਅਸੀਂ ਸਾਰੇ ਠੇਟੇ ਗੰਦੇ ਤਾਂ ਕੋਈ ਜਗ੍ਹਾ ਚੱਕਰ ਕੇ ਵੇਲਾ ਚੱਲਿਆ ਨਾ ਉਹ ਐਵੇਂ ਅੱਬੂ ਤੁਹਾਡੇ ਸੱਕੀ ਆਖਿਆ ਸਾ ਸਵੇਰੇ ਮੈਂ ਸੱਟੀ ਇੱਛੋ ਤਾਂ ਸਕਾਰੀ ਨੇ ਸੱਟੇ ਕੋ ਨਹੀਂ ਸੁਣੀ ਕੁੱਟੀ ਤੇ ਉਹ ਤਾਂ ਮਟਾਈ ਤੇ ਹੋਰ ਚੱਕਰ ਕੇ ਰਹਿ ਨਾਲੇ ਜਗ੍ਹਾ ਸਾਫ਼ ਹੋ ਨਹੀਂ ਸੀ ਅੰਮੀ ਜੀ ਇਹ ਤਾਂ ਕੋਈ ਟਿੰਡੀਆਂ ਨਹੀਂ ਬੇਲ ਟਿੰਡੀਆਂ ਨਹੀਂ ਉਹ ਪਤਾ ਨਹੀਂ ਇੱਥੇ ਪਾਕਿਸਤਾਨ ਇੱਥੇ ਚਿੱਬੜ ਜੇ ਆਖਣੇ ਨੇ ਇੱਥੇ ਪਤਾ ਨਹੀਂ ਕਿਆ ਆਖਣੇ ਉਹ ਨਿੱਕੇ ਨਿੱਕੇ ਨਹੀਂ ਹੋਣੇ ਉਹ ਵੀ ਹੋਣੇ ਖਾਣੇ ਨੇ ਪੱਕੀ ਜਾਣ ਬੜੇ ਸਵਾਦੀ ਹੋਣੇ ਨੇ ਅਤੇ ਲੋਕ ਤਾਂ ਕੋਈ ਕੋਈ ਸਾਲਿਆ ਨਹੀਂ ਬਣਦੇ ਬੱਦਲ ਤਾਂ ਕਿਹਾ ਅੱਛਾ ਬੱਦਲ ਤਾਂ ਹੁਣ ਦੂਰ ਵਾਹੀ ਕੇ ਅੱਛਣਾ ਪਿਆ ਵਾ ਅਤੇ ਕਦੇ ਕਦੇ ਸਿਆਣੇ ਆਖਣੇ ਆਉਣੇ ਨੇ ਜੇ ਜਿਹੜਾ ਗੱਜਣਾ ਨਾ ਉਹ ਬਰਨਾ ਕੋ ਨਹੀਂ ਹੈ ਇਹ ਹੁਣ ਪਤਾ ਨਹੀਂ ਬਰਨਾ ਜਾਂ ਹੁਣ ਗੱਜਣਾ ਇਹ ਹੁਣ ਤੱਕਣਿਆ ਨਾ ਅੱਜ ਇਹ ਨਹੀਂ ਬਰਨਾ ਹੈਂ ਇਹ ਨਹੀਂ ਬਰਨਾ ਚੱਲ ਆਵਾਜ਼ ਤਾਂ ਤੱਕ ਗੜਲੇ ਕੱਢਣਾ ਪਿਆ ਵਾ ਡਰ ਵੀ ਲੱਗਣਾ ਤਾਂ ਜੁਲ ਕੋਈ ਬਿਜਲੀ ਚਮਕ ਨਾ ਮਾਰੇ ਰਸਤਾ ਸਹੀ ਗੱਲ ਹੈ ਅੰਮੀ ਜੀ ਕਿਆ ਬਣਾ ਤੂੰ ਅੱਜ ਅੱਜ ਬਣਾਉਣ ਲੱਗਿਆ ਮਾੜੀਓ ਧੀਓ ਅਤੇ ਮਾੜੀਓ ਭੈਣੋ ਕਸਮੇ ਰੋਸਟ ਖਾਈ ਖਾਈ ਨਾ ਅੱਜ ਕਿਤਨੇ ਦਿਹਾੜੇ ਨੇ ਗੋਸ਼ਤ ਅਤੇ ਰੋਸਟ ਗੋਸ਼ਤ ਅਤੇ ਰੋਸਟ ਖਾਈ ਖਾਈ ਕੇ ਨਾ ਬੰਦਾ ਤੰਗ ਪਿਆ ਵਾ ਅਤੇ ਮੈਂ ਹੁਣ ਅੱਜ ਸਿਧਰਾ ਅਸਾਂ ਦੋਵੇਂ ਮਾਵਾਂ ਧੀਆਂ ਸਾਂ ਸਿਧਰਾ ਕੀ ਆਖਿਆ ਮੈਂ ਸਿਧਰਾ ਅੱਜ ਕੋਈ ਕੀ ਅੱਜ ਚੀਜ਼ ਬਣਾਓ ਹੁਣ ਇਹ ਤੱਕੀ ਸਕਦੇ ਹੋ ਮਾੜੀਓ ਭੈਣੋ ਤਾਂ ਹੁਣ ਬਾਹਰ ਅੱਗ ਬਾਲਣੇ ਨਹੀਂ ਵੀ ਜਗ੍ਹਾ ਕੋ ਨਹੀਂ ਹੈ ਬਾਰਿਸ਼ ਹੈ ਇਸ ਵਜ੍ਹਾ ਤੋਂ ਨਹੀਂ ਤਾਂ ਮੈਂ ਅੱਜ ਕੋਈ ਬਣਾਈ ਕਿਨਾਰ ਕੇ ਦਹੀਂ ਸਾਗ ਬਣਾਈ ਕਿਨਾਰ ਪਾਲਕ ਹੈ ਨਾ ਜਾਂ ਕੋਈ ਕੜੀ ਬਣਾਈ ਕਿਨਾਰ ਅਤੇ ਫਿਰ ਹੁਣ ਬਾਰਿਸ਼ ਨੇ ਵਜ੍ਹਾ ਤੋਂ ਫਿਰ ਸਾਹਪੁਰ ਵੀ ਉੱਧਰ ਗਏ ਚਲੇ ਉਸਮਾਨ ਆਜ਼ਮ ਨੇ ਘਰ ਦਵਤਾ ਪਰ ਅਤੇ ਅਸਾਂ ਹੁਣ ਦੋ ਮਾਵਾਂ ਧੀਆਂ ਹੁਣ ਕਿਆ ਖਾਂ ਮਾੜੀ ਭੈਣ ਸਮੀਨਾ ਅੱਲਾ ਜ਼ਿੰਦਗੀ ਕਰੇ ਸੋ ਉਹ ਹਾਂਡੀ ਬਣਾਉਣੀ ਨਾ ਇੱਕ ਆਂਡੀ ਬਣਾਉਣੀ ਨਾ ਫਿਰ ਉਹ ਇੱਕ ਦਿਹਾੜੇ ਇਸਤੇਮਾਲ ਕਰਨੀ ਫਿਰ ਦੂਈ ਆਂਡੀ ਬਣਾਉਣੀ ਨਾ ਉਹ ਰੱਖੀ ਛੋੜਨੀ ਮਾੜੇ ਵੱਲ ਫਿਰ ਦੂਈ ਦੂਏ ਦਿਹਾੜੇ ਉਹ ਹੋਣਾ ਮਜ਼ਾ ਅੱਛਾ ਅਸਾਂ ਵੀ ਥਈ ਪਾਲਕ ਬਣਾਈ ਅਤੇ ਦਾਲ ਅਤੇ ਪਾਲਕ ਸਾੜੀ ਵੀ ਥੋੜ੍ਹੀ ਜਿਹੀ ਬਣਤੀ ਵੀ ਪਰ ਸਿਧਰਾਣੀ ਇੰਨੀ ਅੰਮੀ ਅੱਜ ਬਣਾਓ ਖਾਲੀ ਟਮਾਟਰ ਦੋ ਆਲੂ ਵਿੱਚ ਬਾਈ ਅਤੇ ਤਿਆਰ ਕਰੋ ਬੜਾ ਸਵਾਦ ਸੀ ਅਤੇ ਜ਼ੋਰ ਕਰਾਰਾ ਕਰਾਰਾ ਵੀ ਲੱਗ ਸੀ ਅਤੇ ਮੈਂ ਹਾਂ ਚਲੋ ਜੋ ਮਾੜੀ ਧੀ ਨਾਲ ਹੁਕਮ ਹੈ ਉਹ ਜ਼ਰੂਰ ਮੈਂ ਆਪਣੀ ਧੀ ਕੀ ਕਰਸਾਂ ਮਾੜੀ ਧੀ ਉਹੀ ਤਾਂ ਦੂਈ ਗੱਲ ਹੈ ਕਸਮੇ ਜਗ੍ਹਾ ਵੀ ਬਰਾਂਡੇ ਹੋਣ ਨਾ ਅਤੇ ਜਿਹੜੀ ਫਾਲਤੂ ਜੀ ਜਗ੍ਹਾ ਅੱਜ ਸਿਧਰਾਣੀ ਹੈ ਅਦਰੀਸ ਨਹੀਂ ਬੈੱਡ ਤਾਂ ਮਾੜੀ ਵੀ ਬੈੱਡ ਕਿਣੋ ਹੁਣ ਤਾਂ ਇਸ ਕੀ ਹੁਣ ਬੈੱਡ ਕਿਣੇ ਨਾ ਖੱਟਾਂ ਉਹਨੂੰ ਕਿੱਥੇ ਰੱਖਾਂ ਇੱਕ ਦਿਹਾੜੀ ਤੁਸੀਂ ਕੀ ਸਟੋਰ ਵੀ ਚੈੱਕ ਕਰਾ ਸਾਂ ਖੱਟਾਂ ਪਰ ਖੱਟਾਂ ਪਰ ਖੱਟਾਂ ਰੱਖੀਆਂ ਵਾ ਜੇ ਜਗ੍ਹਾ ਹੋਵੇ ਤਾਂ ਬੰਦਾ ਹੁਣ ਖੱਟਾਂ ਰੱਖੇ ਹੁਣ ਇਹ ਰਾਤ ਦਿਹਾੜੀ ਅਸਾਂ ਥੋੜ੍ਹੀ ਜਿਹੀ ਦੇਰ ਰਾਤੀ ਹੈ ਅੰਕਲ ਤੁਸਾਂ ਨਾ ਬਹਿਣਾ ਬਾਹਰ ਅਤੇ ਨਿੱਕੀ ਜਿਹੀ ਅਸਾਂ ਖੱਟ ਰੱਖੀ ਵੀ ਹੈ ਸੋਹਣੀ ਜਿਹੀ
ਜੇ ਇਸਨੇ ਪਰ ਬੜਾ ਮਜ਼ਾ ਅੱਛਣਾ ਰਾਤੀ ਬਹਿਣੇ ਨਾ ਦੇ ਨਿੱਕੀ ਜਿਹੀ ਨਾ ਫਟਾਫਟ ਚਾਹੀ ਤੇ ਅਸਾਂ ਰੱਖੀ ਛੋੜਨੇ ਆ ਤੇ ਇਹ ਹੁਣ ਤੱਕ ਹੁਣ ਅਸਾਂ ਹੁਣ ਬਾਰਿਸ਼ ਆਈ ਵੀ ਹੁਣ ਕਿਚਨੇ ਵਿੱਚ ਰੱਖੀ ਵੀ ਹੈ ਹੁਣ ਕਿਚਨ ਇਸਤੇਮਾਲ ਕਰਾਂ ਜਾਂ ਖੱਟਾਂ ਰੱਖਣ ਤੇ ਕੁਰਸੀਆਂ ਤੱਕੋ ਮੈਂ ਹੁਣ ਇਸਨੇ ਅਪਰ ਕੁਰਸੀ ਰੱਖੀ ਵੀ ਨਿੱਕੀ ਜਿਹਾ ਮੈਂ ਆਇਆ ਚਲੋ ਮਾੜੀ ਜਗ੍ਹਾ ਤੇ ਇਹ ਜਿਹੜਾ ਡੱਬਾ ਤੁਸੀਂ ਪਤਾ ਨਾ ਇਹ ਸਪੈਸ਼ਲ ਮਾੜੇ ਵਾਸਤੇ ਬਣੀ ਕੇ ਆਇਆ ਜਿੱਕੀਆਂ ਜਿਸ ਟਾਈਮ ਤੁਹਾਡੇ ਪੈਰਾਂ ਕੀ ਹੋਣਾ ਸਕੂਨ ਤੇ ਉਸ ਟਾਈਮ ਆਰਾਮੇ ਨਾਲ ਖਲੀ ਕੇ ਹਾਂਡੀ ਹੀ ਗੈਸਾਂ ਕੋਲ ਬਣਾਉਣੀ ਆ ਤੇ ਜਿਸ ਲਿਆਉਣਾ ਨਾ ਦਰਦ ਤੋਬਾ ਅਸਤਗਫਾਰ ਫਿਰ ਇਹ ਸਾਹ ਬੁਰਾ ਮਾੜੇ ਵਾਸਤੇ ਡੱਬਾ ਬਣਾਉਣ ਆਈ ਜਾਂਦਾ ਭੋਲਾ ਫੁੱਲ ਜਿੱਦਾਂ ਦੀ ਛਿੱਕੀ ਕੇ ਜਿੱਧਰ ਕਿਣੀ ਜਾਵੋ ਇੱਥੇ ਬਈ ਨਾ ਆਏ ਹਾਏ ਹਾਏ ਕਸਮੇ ਕਿਆ ਬਾਤਾਂ ਨੇ ਇੱਥੇ ਬਈ ਫਿਰ ਆਈਆਂ ਹਾਂਡੀ ਬਣਾਈ ਕਿੰਨੀ ਆਰਾਮੇ ਨਾਲ ਫਿਰ ਪੈਰ ਵੀ ਜਿਹੜਾ ਉਸਕੀ ਵੀ ਸਕੂਨ ਆਈ ਜਾਂਦਾ ਫਿਰ ਰੋਟੀਆਂ ਜਿਹੜੀਆਂ ਉਹ ਵੀ ਗੈਸਾਂ ਸੌਖਾ ਕੰਮ ਹੋਈ ਜਾਣਾ ਤੇ ਕੋਲ ਮਾੜੀਏ ਤੀ ਉਹ ਦੁਨੀਆਂ ਪਰ ਹਰ ਚੀਜ਼ ਸਹੂਲਤ ਨਹੀਂ ਆਈ ਵੀ ਹੈ ਤੇ ਇਹ ਤਾਂ ਕਹਿੰਦੇ ਇਹ ਮਾੜੇ ਪੁੱਤਰੇ ਸਹੂਲਤ ਵਾਸਤੇ ਭੇਜਿਆ ਅੰਮੀ ਮਾਰਫੋ ਲਈਆਂ ਤਾਂ ਫਟੋਫਟ ਜਿਹੜਾ ਨਾ ਮਿੰਟਾਂ ਸਕਿੰਟਾਂ ਇਹ ਛੁਰੀ ਜਿਹੜੀ ਹੈ ਨਾ ਉਹ ਕਿਸੇ ਲਈਆਂ ਫਿਰੀ ਜਾਣੀ ਤੇ ਇੱਥੇ ਲੱਗਣੀ ਤੇ ਇਹ ਛੁਰੀ ਨਾਲ ਇਹ ਲੱਗਣਾ ਤਾਂ ਨਹੀਂ ਨਾ ਅੰਮੀ ਤਾਂ ਪੁੱਠਾ ਨਹੀਂ ਲੱਭ ਰਿਹਾ ਵਾ ਹੁਣ ਮੈਂ ਚਲੋ ਪੁੱਠਾ ਸਿੱਧਾ ਨਾ ਪੁੱਠਾ ਐਡੀ ਕੋਈ ਮੈਂ ਅਨਪਾ ਮੱਲੂ ਕਿਸੇ ਨਾ ਬਲੱਲੀ ਤਾਂ ਨਾ ਮੜੇ ਮੱਲੂ ਪੁੱਠਾ ਹੈ ਤੱਕ ਨਾ ਸਿੱਧਾ ਚਲਾਣੇ ਨਾ ਅਕਲ ਕੋ ਨਹੀਂ ਚਲਾਣੇ ਨਾ ਅਕਲ ਕੋ ਨਹੀਂ ਹੋਰ ਮੈਂ ਪੋੜਿਆ ਵਾ ਸਿੱਧਾ ਆਇਆ ਫਿਰ ਹੁਣ ਤੁਸਾਂ ਹੁਣ ਕੁੜੀਆਂ ਮੈਂ ਹੁਣ ਕੁੜੀ ਥੋੜੀ ਆ ਮੜੇ ਸਾਡੇ ਜ਼ਮਾਨੇ ਵਿੱਚ ਕਿਹੜੇ ਮੜੇ ਇਹੋ ਜਿਹੇ ਹੋਣੇ ਸਨ ਫਿਰ ਤੁਸਾਂ ਹੁਣ ਕੁੜੀਆਂ ਹੁਣ ਤੁਸਾਂ ਕੀ ਜਾ ਚ ਇਹ ਤਾਂ ਕੁਮੜੀ ਦੇ ਜ਼ਮਾਨੇ ਵਿੱਚ ਇਹ ਚੀਜ਼ ਕੋ ਨਹੀਂ ਸੀ ਨਾ ਇਹ ਤਾਂ ਕੁਮੜੀ ਧੀ ਕਿਵੇਂ ਚਿੱਟੇ ਸਵੈਤ ਆਲੂ ਹੋਈ ਗਏ ਨੇ ਸਾਫ ਸੁਥਰੇ ਤੇ ਇਹ ਅਸਾਂ ਮਾਵਾਂ ਧੀਆਂ ਕੀ ਆ ਤੱਕੀ ਕਿਵੇਂ ਵਿੱਚ ਬਾਸਾਂ ਦੋ ਟਮਾਟਰ ਵਿੱਚ ਬਾਸਾਂ ਨੀਲੀਆਂ ਮਿਰਚਾਂ ਤੇ ਆਹਾ ਹਾ ਹਾ ਸਾਲਣ ਮਾਵਾਂ ਧੀਆਂ ਬਣਾਈ ਤੇ ਖਾਸਾਂ ਇਤਨਾ ਸੋਹਣਾ ਲੱਗਸੀ ਇਹ ਤਾਂ ਕਿਤਨੇ ਸੋਹਣੇ ਲੱਗਣੇ ਪਏ ਇਹ ਤਾਂ ਕੀ ਸਗਲੇ ਮਿੰਟਾਂ ਸਕਿੰਟਾਂ 'ਚ ਬਾਰਿਸ਼ ਵੀ ਹੋਈ ਗਈ ਕੰਮ ਵੀ ਜਿਹੜਾ ਸਾ ਉਹ ਵੀ ਮਾਸ਼ਾਅੱਲਾ ਹੋਈ ਗਿਆ ਤੇ ਹਰ ਚੀਜ਼ ਆਪਣੇ ਅੱਲਾਹ ਤਾਲਾ ਹੱਥ 'ਚ ਰੱਖੀ ਵੀ ਹੈ ਤੇ ਜੋ ਕਰਨਾ ਅੱਲਾ ਹੀ ਕਰਨਾ ਇਨਸਾਨ ਤਾਂ ਕਦੇ ਸੋਚਣਾ ਮੈਂ ਇਹ ਕਰਾਂ ਅਤੇ ਉਹ ਕਰਾਂ ਜੋ ਅੱਲਾ ਕੀ ਮਨਜ਼ੂਰ ਹੋਣਾ ਉਹ ਕੁਝ ਵੀ ਹੋਣਾ ਅਤੇ ਸ਼ੁਕਰ ਅਲਹਮਦੁਲਿਲਾ ਅਦੀਲ ਹੋਰਾਂ ਨਾਲ ਬੇੜਾ ਜਿਹੜਾ ਉਹ ਵੀ ਉਸਕੀ ਵੀ ਹਵਾ ਸ਼ਵਾ ਫਿਰੀ ਗਈ ਚਲੋ ਉਸਕੀ ਵੀ ਥੋੜ੍ਹੀ ਜਿਹੀ ਪਾਣੀ ਦੀ ਜ਼ਰੂਰਤ ਸੀ ਫਿਕਰ ਤਾਂ ਥੋੜ੍ਹਾ ਜਿਹਾ ਮਾੜੇ ਖਿਆਲ ਸਵੇਰੇ ਚਾਟ ਚਾਟ ਮਾਰ ਸਨ ਉੱਪਰ ਉਹ ਜਿਹੜਾ ਇੱਕ ਵਾਰੀ ਮੁਲਾਇਮ ਕਰ ਸਨ ਅਜੇ ਇੱਕ ਵਾਰੀ ਫਿਰ ਗੜਮਾਲਾ ਲੱਗ ਸੀ ਅਤੇ ਅੱਲਾ ਬਿਹਤਰੀ ਕਰ ਸੀ ਅੱਲਾ ਸੋਹਣਾ ਕਰਮ ਕਰ ਸੀ ਅਤੇ ਠੀਕ ਹੋਈ ਜਾ ਸੀ ਅਤੇ ਅੱਲਾ ਮਾੜੀਏ ਧੀਓ ਤੁਸਾਂ ਕੀ ਖੁਸ਼ ਰੱਖੇ ਨੇੜ ਵੇਲੇ ਨਹੀਂ ਮੈਂ ਗੱਲਾਂ ਕਰਨ ਲੱਗੀ ਹਾਂ ਅਤੇ ਮੈਂ ਫੈਲੋ ਅਤੇ ਸਬਸਕ੍ਰਾਈਬ ਨੇ ਮਾਰੇ ਮੈਂ ਤੁਸਾਂ ਕੀ ਆਖਿਆ ਹੀ ਕੋਈ ਲੇਕਿਨ ਉਹ ਮੈਂ ਤੁਸਾਂ ਕੀ ਬਾਰ ਬਾਰ ਨਾ ਬਾਂ ਤਾਂ ਫਿਰ ਤੁਸਾਂ ਕੀ ਯਾਦ ਹੀ ਭੁੱਲੀ ਜਾਏ ਤਾਂ ਕੋਈ ਮਾੜੀਆਂ ਭੈਣਾਂ ਥਈਆਂ ਨੇ ਅੱਲਾ ਜ਼ਿੰਦਗੀ ਕਰੇ ਮਾੜੀ ਭੈਣ ਸਮੀਨਾ ਹੋਈ ਗਈ ਹੋਰ ਵੀ ਮਾੜੀਆਂ ਪੜ੍ਹਾਈਆਂ ਕੁਨਾ ਨਾ ਕਿੰਨਾ ਪੈਣਾ ਕੁਨਾ ਨਾਨੀ ਕਿੰਨਾ ਪੈਣਾ ਇਸ ਵਜ੍ਹਾ ਤੋਂ ਤੁਸਾਂ ਨਾਰਾਜ਼ ਨਾ ਆਇਆ ਜੇ ਆਖਿਆ ਜੇ ਜਾ ਹੈ ਸਮੀਨਾ ਨਾ ਰੋਧ ਨਾ ਕਿੰਨੀ ਅਤੇ ਸਾੜਾ ਨਾ ਕੋਨੀ ਕਿੰਨੀ ਜੇ ਇਸ ਵਜ੍ਹਾ ਤੋਂ ਜਿੱਕੀਆਂ ਮਾੜੀ ਤੈਬਾ ਅਤੇ ਜਵੇਰੀਆ ਅਤੀਆ ਸਾਰੀਆਂ ਅੱਲਾ ਜ਼ਿੰਦਗੀ ਕਰਨ ਉਹ ਤੱਕ ਉਹ ਹੁਣ ਆਖਣੀਆਂ ਨੇ ਖਾਲਾ ਮਾੜਾ ਅੱਜ ਤੁਸੀਂ ਨਾ ਕੋਨੀ ਕਿੱਦਾਂ ਹੈ ਨਾ ਖਾਲਾ ਖਾਲੀ ਅਤੀਆ ਨਾ ਹੀ ਅਤੀਆ ਅਤੀਆ ਕਰਨੇ ਰਹਿਣੇ ਉਹ ਮਾੜਾ ਨਾ ਕੋਨੀ ਕਿੱਦਾਂ ਨੇ ਉਹ ਨਿੱਕੀ ਜਿਹੜੀ ਜਵੇਰੀਆ ਕਹਿ ਸਾਨੂੰ ਮਾੜੀਏ ਧੀਓ ਮੈਂ ਸਾਰਿਆਂ ਨੇ ਨਾ ਕਿਣੀ ਕਿਣੀ ਦੁਆਵਾਂ ਵੀ ਕਰਨੀਆਂ ਤੇ ਅੱਲਾ ਤਾਲਾ ਸੋਹਣੇ ਮਹੀਨੇ ਨੇ ਖਾਤਰ ਤੱਕੋ ਮਹੀਨਾ ਸਾਡਾ ਅੱਛਣੇ ਵਾਲਾ ਸੋਹਣਾ ਬਾਬਰਕਤ ਮਹੀਨਾ ਮੈਂ ਰਾਤੀ ਸਵੇਰੇ ਯਕੀਨ ਕਰੋ ਸੁਬਹਾ ਉੱਠਣੀ ਆ ਨਾ ਕਣੀ ਅੱਜ ਚੰਨ ਥਿਆ ਕੋਨੀ
ਅੱਜ ਮਿਕੀ ਚੰਨ ਕੋ ਨਹੀਂ ਦਿਸਣਾ, ਪਤਾ ਨਹੀਂ ਬਦਲਾ ਨਹੀਂ ਵਜਾ ਤੂੰ ਕੋ ਨਹੀਂ ਦਿਸਿਆ, ਕੱਲ੍ਹ ਮਿਕੀ ਦਿਸਿਆ ਸਾ, ਕੱਲ੍ਹ ਮਾਸ਼ਾਅੱਲਾ ਚੋਣ ਵੱਲ ਖਲਤਾ ਵਾ ਸਾ, ਅਤੇ ਅੱਜ ਮੈਂ ਗੌਰ ਨਾਲ ਤੱਕਿਆ, ਅੱਜ ਮੈਂ ਪੂਰੇ ਅਸਮਾਨ ਪਰ ਨਜ਼ਰ ਮਾਰੀ, ਮਿਕੀ ਚੰਨ ਕੋ ਨਹੀਂ ਨਜ਼ਰ ਆਇਆ, ਇਹ ਹੁਣ ਪਤਾ ਨਹੀਂ ਰੱਬੀ ਵੱਲ ਨਾ ਚੰਨ ਨਜ਼ਰ ਆਇਆ ਜਾਂ ਨਹੀਂ ਆਇਆ। ਅਤੇ ਅੱਲਾ ਸੋਹਣਾ ਸਾਰਿਆਂ ਕੀ ਖੁਸ਼ ਰੱਖੇ, ਅੱਲਾ ਸੋਹਣਾ ਇਸ ਬਾਬਰਕਤ ਮਹੀਨੇ ਜਿਹੜੇ ਆਉਣੇ ਵਾਲਾ ਮਹੀਨਾ, ਇਸ ਬਾਬਰਕਤ ਮਹੀਨੇ 'ਚ ਅੱਲਾ ਤਾਲਾ ਸਾਰਿਆਂ ਘਰਾਂ ਵਿੱਚ ਢੇਰ ਸਾਰੀਆਂ ਖੁਸ਼ੀਆਂ ਕਿਣੀਏ 'ਚ, ਅਤੇ ਢੇਰ ਸਾਰੀਆਂ ਰਹਿਮਤਾਂ ਵੀ ਨਾਲ ਕਿਣੀਏ 'ਚ, ਅਤੇ ਅੱਲਾ ਤਾਲਾ ਫਜ਼ਲ ਅਤੇ ਕਰਮ ਕਰੇ ਆਪਣੇ ਸੋਹਣੇ, ਅਤੇ ਸੋਹਣੇ ਮਿਲਾਦ ਹੋਸਨ, ਲੋਕਾਂ ਨੇ ਘਰ ਜਾਸਾਂ, ਲੋਕਾਂ ਨੇ ਘਰ ਨਾਤਾਂ ਪੜਸਾਂ, ਮਿਲਾਦ ਪੜਸਾਂ, ਤੇ ਬੜੀ ਖੁਸ਼ੀ ਹੋਸੀ ਮਿਕੀ, ਤੇ ਅੱਲਾ ਮਾੜੇ ਪੈਰਾਂ ਕੀ ਤੰਦਰੁਸਤੀ ਦੇਸੀ ਫਿਰ ਟੁਰਾਂ ਨਾ ਕੀ ਆ, ਮੈਂ ਆਪਣੀਆਂ ਭਣਈਆਂ ਕੀ ਤਾਂ ਦੱਸਾਂ ਨਾ, ਨਾ ਅੱਲਾ ਚੱਲ ਸਿਧਰਾ ਆਖਣੀ ਹੈ ਨਾ ਟੁਰਿਆ ਜੀ ਯਕੀ ਆ ਮਿਕੀ, ਯਕੀਨ ਕਰੋ ਸਕੂਨ ਹੋਵੇ ਸਾਰੀ ਗੱਲ ਹੋਣੀ ਹੈ, ਸਕੂਨਾਂ ਨਹੀਂ ਸਕੂਨ ਹੋਵੇ ਤਾਂ ਯਕੀਨ ਕਰੋ ਬੜਾ ਮਜ਼ਾ ਅੱਛਣਾ, ਅਤੇ ਸਕੂਨ ਨਾ ਹੋਵੇ ਤਾਂ ਫਿਰ ਮਜ਼ਾ ਨਹੀਂ ਅੱਛਣਾ। ਅੱਲਾ ਸੋਹਣਾ ਖੁਸ਼ ਰੱਖੇ, ਅੱਲਾ ਤਾਲਾ ਬਾਦ ਅਤੇ ਸ਼ਾਦ ਰੱਖੇ, ਮਾ ਪਿਆਰ ਮੁਹੱਬਤ ਅੱਲਾ ਤੁਸਾਂ ਕੇ ਖੁਸ਼ ਰੱਖੇ। ਅੱਲਾ ਹਾਫਿਜ਼।